गांव जेजो दुआबा के प्राचीन बाबा ओगड़ श्री फतेहनाथ मंदिर जो देश का पहला मंदिर है। यहां रोजाना आरती के बाद राष्ट्रगान होता है। कमेटी की ओर से समूह संगतों के सहयोग से वार्षिक भंडारा करवाया गया और ट्रस्ट की ओर से मुफ्त मेडिकल कैंप और खूनदान कैंप लगाया गया। इस मेडिकल कैंप में माहिर डॉक्टरों की टीम की ओर से अलग अलग बीमारियों से पीड़ित मरीजों की जाँच करके उन्हें मुफ्त दवाइयाँ दी गई। इस अवसर पर खूनदानियों को ट्रस्ट की ओर से परम पत्र सम्मानित चिन्ह देकर सम्मानित किया गया। ਹੁਸ਼ਿਆਰਪੁਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੇ ਵਿੱਚ ਖੜ੍ਹੇ ਹਾਂ ਜਿਸ ਦਾ ਨਾਮ ਜੇਜੋ ਦੁਆਬਾ ਅਤੇ ਪੰਜਾਬ ਦਾ ਲਾਸਟ ਪਿੰਡ ਹੈ ਨਾਲ ਹੀ ਹਿਮਾਚਲ ਸ਼ੁਰੂ ਹੋ ਜਾਂਦਾ ਹੈ। ਇਸ ਪਿੰਡ ਨਾਲ ਬਹੁਤ ਇਤਿਹਾਸ ਜੁੜਿਆ ਹੋਇਆ। ਇਹ ਪਿੰਡ ਕਿਸੇ ਵੇਲੇ ਮਿੰਨੀ ਲਾਹੌਰ ਕਿਹਾ ਜਾਂਦਾ ਸੀ ਬਿਜ਼ਨਸ ਪੁਆਇੰਟ ਆਫ ਵਿਊ ਨਾਲ। ਇਸ ਪਿੰਡ ਵਿੱਚ ਬਹੁਤ ਬਿਜ਼ਨਸ ਲੇਕਿਨ ਸਮੇਂ ਦਾ ਐਸਾ ਚੱਕਰ ਬਣਿਆ ਇਹ ਪਿੰਡ ਉੱਜੜ ਗਿਆ ਔਰ ਅੱਜ ਦਾ ਦਿਨ ਜਿਹੜਾ ਹੈ ਸਾਰੇ ਲੋਕ ਜਿਹੜੇ ਇਸ ਪਿੰਡ 'ਚ ਰਹਿੰਦੇ ਸੀਗੇ ਉਹਨਾਂ ਨੂੰ ਸੁਨੇਹੇ ਦਿੱਤੇ ਜਾਂਦੇ ਨੇ ਉਹ ਆਪਣੇ ਪਰਿਵਾਰ ਸੇ ਹੈ ਤਾਂ ਕਿ ਬਾਬਾ ਬਾਬੜੀ ਦੇ ਮੱਥਾ ਟੇਕਦੇ ਨੇ ਆਪਣੀ ਮਨੋਕਾਮਨਾ ਦੀ ਪੂਰੀ ਹੁੰਦੀ ਹੈ ਉਹਦੇ ਲਈ ਉਹ ਆਪਣੇ ਪ੍ਰਸਾਦ ਵਗੈਰਾ ਜੋ ਵੀ ਇੱਛਾ ਹੈ ਉਹ ਪੂਰੀ ਕਰਦੇ ਨੇ। ਦੂਸਰਾ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ ਇਹ ਗੀਤਾ ਮੰਦਰ ਹੈ। ਇਸ ਮੰਦਰ ਦੇ ਵਿੱਚ ਪਿਛਲੇ ਸਾਲ ਵੀ ਮੈਡੀਕਲ ਕੈਂਪ ਲੱਗਾ ਸੀ ਅੱਜ ਵੀ ਬਾਬਾ ਬਾਬੜ ਸੁਸਾਇਟੀ ਵੱਲੋਂ ਇਹ ਮੈਡੀਕਲ ਕੈਂਪ ਜਿਹੜਾ ਹੈ ਲਗਾਇਆ ਜਾ ਰਿਹਾ। ਭਾਈ ਕਨੱਈਆ ਚੈਰੀਟੇਬਲ ਹੋਸਪਿਟਲ ਉਹਨਾਂ ਦੀ ਟੀਮ ਸਾਡੇ ਇੱਕ ਹਾਰਟ ਸਪੈਸ਼ਲਿਸਟ ਪਾਠਨ ਜੀ ਵੀ ਆਏ ਨੇ ਹੱਡੀਆਂ ਦੇ ਡਾਕਟਰ ਆਏ ਨੇ ਅੱਖਾਂ ਦੇ ਡੈਂਟਲ ਜਨਰਲ ਮੈਡੀਸਨ ਲੇਡੀਜ਼ ਦੀ ਪ੍ਰੋਬਲਮ ECG ਬਾਕੀ ਟੈਸਟ ਫ੍ਰੀ ਮੈਡੀਸਨ ਸਾਰਾ ਕੁਝ ਉੱਥੇ ਕੀਤਾ ਜਾ ਰਿਹਾ। ਹੁਣ ਤੱਕ ਕਰੀਬ 1:30 ਵਜੇ ਹਾਲੇ ਤੱਕ 400 ਤੋਂ ਉੱਪਰ ਮਰੀਜ਼ ਦਾ ਚੈੱਕਅਪ ਹੋ ਚੁੱਕਾ ਔਰ 100 ਤੋਂ ਉੱਪਰ ਮਰੀਜ਼ਾਂ ਨੂੰ ਐਂਕਰ ਦਿੱਤੀਆਂ ਜਾ ਚੁੱਕੀਆਂ। ਜਿਹਨਾਂ ਦੇ ਅੱਖਾਂ ਦੇ ਓਪਰੇਸ਼ਨ ਹੋਣੇ ਆ ਉਹਨਾਂ ਦੇ ਓਪਰੇਸ਼ਨ ਵੀ ਅਸੀਂ ਹੋਈ ਕਰਾਂਗੇ। ਇਸ ਪਿੰਡ ਦੇ ਵਿੱਚ ਇੱਕ ਬੱਚਿਆਂ ਦਾ ਕੁੜੀਆਂ ਦਾ ਕਾਲਜ ਵੀ ਜਿਹੜਾ ਹੈ ਪਿਛਲੇ 18 ਸਾਲ ਤੋਂ ਚੱਲ ਰਿਹਾ ਉਹ ਆਲਮੋਸਟ ਫ੍ਰੀ ਨਾਲ ਦਾ ਆ। ਇਸ ਜਗ੍ਹਾ ਖੜ੍ਹੇ ਆ ਪਹਿਲਾਂ ਇਸ ਗੀਤਾ ਮੰਦਰ ਦੇ ਵਿੱਚ ਕਾਲਜ ਚੱਲਿਆ ਹੁਣ ਐਰੀ ਫੈਮਿਲੀ ਨੇ ਜਗ੍ਹਾ ਦਾਨ ਦਿੱਤੀ ਹੈ ਕੰਸਟਰਕਸ਼ਨ ਹੋ ਰਹੀ ਹੈ ਆਸ ਆ ਕੇ ਅਗਲੇ ਸਾਲ ਆਪਣੀ ਬਿਲਡਿੰਗ ਤੋਂ ਚੱਲੇਗੀ। ਇਸ ਪਿੰਡ ਦੀ ਇੱਕ ਹੋਰ ਵਿਸ਼ੇਸ਼ਤਾ ਆ ਡੇਲੀ ਇਸ ਪਿੰਡ ਦੇ ਵਿੱਚ ਬਾਬਾ ਓਗੜ ਜੀ ਦੀ ਆਰਤੀ ਹੁੰਦੀ ਹੈ ਔਰ ਆਰਤੀ ਤੋਂ ਬਾਅਦ ਇੱਥੇ ਜਨਗਨ ਮਨ ਬੜੀ ਸ਼ਰਧਾ ਦੇ ਨਾਲ ਔਰ ਡਿਸਿਪਲਿਨ ਦੇ ਨਾਲ ਗਾਇਆ ਜਾਂਦਾ। ਸੋ ਮੇਰਾ ਖਿਆਲ ਇਹ ਪਹਿਲਾ ਪਿੰਡ ਹੈ ਜਿੱਥੇ ਮੰਦਰ ਦੇ ਵਿੱਚ ਜਨਗਨ ਮਨ ਜਿਹੜਾ ਹੈ ਗਾਇਆ ਜਾਂਦਾ। ਇਹ ਪਿੰਡ ਦੇ ਵਿੱਚ ਬੜੇ ਪਿਆਰ ਦੇ ਨਾਲ ਲੋਕ ਆਪਣੇ ਸਾਰੀ ਸ਼ਰਧਾ ਦੇ ਨਾਲ ਆਪਣੇ ਪ੍ਰੋਗਰਾਮ ਪੂਰੇ ਕਰਦੇ ਨੇ ਔਰ ਇੱਥੇ ਹਰ ਧਰਮ ਨਾਲ ਜੁੜੀ ਹੋਈ ਸਾਨੂੰ ਕੇਂਦਰ ਮਿਲਣਗੇ। ਇੱਥੇ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਰਤਨਪੁਰੀ ਦੇ ਨਾਮ 'ਤੇ ਵੀ ਜਗ੍ਹਾ ਬਹੁਤ ਮਸ਼ਹੂਰ ਹੈ ਜੀਜੂ ਸ਼ਾਹ ਦਾ ਡੇਰਾ ਬਹੁਤ ਮਸ਼ਹੂਰ ਹੈ। ਕੋਈ ਵੀ ਧਰਮ ਜਿਸ ਦੁਨੀਆ 'ਤੇ ਹੈ ਉਹ ਇਸ ਪਿੰਡ ਦੇ ਵਿੱਚ ਬੜਾ ਸਥਾਨ ਬਣਿਆ ਹੋਇਆ ਸਾਰੇ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਆ। ਇਹ ਇੱਕ ਆਪਣੇ ਆਪ 'ਚ ਜੀਜੂ ਦੁਆਬਾ ਆ ਬਹੁਤ ਇਤਿਹਾਸਕ ਪਿੰਡ ਹੈ ਧਾਰਮਿਕ ਪੱਖੀਆਂ ਦੇ ਔਰ ਇਤਿਹਾਸਕ ਵਿੱਚ। ਮੈਂ ਅੱਜ ਦੇ ਦਿਨ 'ਤੇ ਨਗਰ ਨਿਵਾਸੀਆਂ ਨੂੰ ਤੁਹਾਡੇ ਰਾਹੀਂ ਬਾਕੀ ਜਿਹੜੇ ਲੋਕ ਸੁਣ ਰਹੇ ਆ ਉਹਨਾਂ ਨੂੰ ਅੱਜ ਦੇ ਦਿਹਾੜੇ ਦੀ ਬਹੁਤ ਬਹੁਤ ਵਧਾਈ। ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ ਕਾਫੀ ਜ਼ਿਆਦਾ ਮਰੀਜ਼ ਦੇਖੇ ਤੋਂ ਕਈ ਤਰ੍ਹਾਂ ਦੀਆਂ ਤੁਹਾਡੇ ਜਿਹੜਾ ਜੇਜੋ ਕੈਂਪ ਲੱਗਾ ਆ ਤੁਸੀਂ ਇੱਥੇ ਦਵਾਈ ਲੈਣ ਆਏ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਹੈ।
ਬਹੁਤ ਵਧੀਆ ਅਸਪਤਾਲ ਆ ਇੱਥੇ ਹਰੇਕ ਸਾਲ ਲੱਗਦਾ ਮੈਡੀਕਲ ਕੈਂਪ ਹਰੇਕ ਸਾਲ ਹੀ ਆਈਆਂ ਦਵਾਈ ਲੈਣ ਵਧੀਆ ਡਾਕਟਰਾਂ ਦੇ ਆ ਵਧੀਆ ਦਵਾਈ ਮਿਲਦੀ ਆ ਮੈਂ ਇਹ ਆਸ ਕਰੂੰਗਾ ਵੀ ਗਾਹ ਤੋਂ ਵੀ ਵਧੀਆ ਇੱਥੇ ਦੇ ਕੈਂਪ ਲੱਗਣੇ ਚਾਹੀਦੇ ਪਿੰਡਾਂ ਦੇ ਵਿੱਚ ਜਿਹੜੀ ਗਰੀਬ ਜਨਤਾ ਆ ਉਹ ਆ ਕੇ ਆਪਣਾ ਚੈੱਕ ਕਰਨਾ ਫ੍ਰੀ ਲੋਕ ਕਰਦੇ ਆ ਹੋਸਪਿਟਲਾਂ ਜਾਂ ਫ੍ਰੀ ਚੈਕਰਾਂ ਦੇ ਇੱਥੇ ਆ ਕੇ ਫ੍ਰੀ ਕਰਕੇ ਸਾਰੇ ਚੈੱਕ ਕਰਾਉਂਦੇ ਆ ਇਹ ਪਿੰਡਾਂ ਦਾ ਬਹੁਤ ਵੱਡਾ ਫਾਇਦਾ ਹੈਗਾ ਅੱਜ ਜੇਜੋ ਦੁਆਬਾ ਬਾਬਾ ਔਗੜ ਚੈਰੀਟੇਬਲ ਟਰੱਸਟ ਦੇ ਵਿੱਚ ਜੋ ਵਾਰਸ਼ਿਕ ਸਾਲਾਨਾ ਭੰਡਾਰਾ ਹੋਇਆ ਹੈ ਇਸ ਵਿੱਚ ਅੱਜ ਦੇ ਭੰਡਾਰੇ ਵਿੱਚ ਸਾਡੇ ਜੇਜੋ ਦੇ ਅਤੇ ਦੂਰੋਂ ਦੁਰਾਡੋਂ ਇਸ ਬਾਬਾ ਔਗੜ ਜੀ ਦੇ ਨਾਲ ਜੁੜੀ ਹੋਈਆਂ ਸ਼ਰਧਾ ਨਾਲ ਸੰਗਤਾਂ ਪਹੁੰਚਦੀਆਂ ਹਨ ਅਤੇ ਔਰ ਬਾਬਾ ਔਗੜ ਦੀ ਤਰਫ ਤੋਂ ਜੋ ਪਿਛਲੇ ਸਾਲ ਤੋਂ ਹਰ ਸਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਉਹਦੇ ਵਿੱਚ ਵੀ ਲੋਕ ਬਹੁਤ ਲਾਭ ਲੈ ਰਹੇ ਨੇ ਔਰ ਹੁਣ ਸਾਨੂੰ ਆਸ ਲੱਗਦੀ ਹੈ ਕਿ ਸਾਡਾ ਨਗਰ ਜੋ ਪਿਛਲੇ ਸਮੇਂ ਤੋਂ ਕਾਫੀ ਕਮੀ ਹੈ ਪਿਛੋਕੜ ਦੇ ਵਿੱਚ ਪੈ ਰਿਹਾ ਸੀ ਹੁਣ ਇਹਨਾਂ ਗੱਲਾਂ ਦੇ ਨਾਲ ਸਾਡੀ ਅਛਾਈ ਦੇ ਨਾਲ ਇਹ ਉੱਨਤੀ ਕਰੇਗਾ ਸੋ ਮੈਂ ਬਾਬਾ ਔਗੜ ਕਮੇਟੀ ਔਰ ਨਗਰ ਇਲਾਕਾ ਨਿਵਾਸੀਆਂ ਦੇ ਇਸ ਭੰਡਾਰੇ 'ਤੇ ਪਹੁੰਚਣ 'ਤੇ ਧੰਨਵਾਦ ਕਰਦਾ ਹਾਂ।